ਤਰਨ ਤਾਰਨ ਦੇ ਥਾਣਾ ਸਿਟੀ ਅੰਦਰ ਪੈਂਦੇ ਸਰਾਲੀ ਰੋਡ ਸਥਿਤ ਸਕੈਟ ਟ੍ਰੇਡਿੰਗ ਕੰਪਨੀ ਠੇਕਾ ਸ਼ਰਾਬ ਵਿੱਚ ਬੀਤੀ ਰਾਤ ਚੋਰਾਂ ਵੱਲੋਂ ਠੇਕੇ ਦਾ ਸ਼ਟਰ ਤੋੜ ਕੇ ਭਾਰੀ ਮਾਤਰਾ 'ਚ ਸ਼ਰਾਬ ਅਤੇ ਨਕਦੀ ਚੋਰੀ ਕੀਤੀ। ਦੱਸਿਆ ਜਾਂਦਾ ਕਿ ਚੋਰ ਕਿਸੇ ਗੱਡੀ 'ਚ ਆਏ ਅਤੇ ਚੋਰੀ ਦੀ ਇਸ ਘਟਨਾ ਨੂੰ ਅੰਜਾਮ ਦਿੱਤਾ। ਇਸ ਮੌਕੇ 'ਤੇ ਜਦੋਂ ਠੇਕੇਦਾਰਾਂ ਨੇ ਸਵੇਰੇ ਦੇਖਿਆ ਤਾਂ ਚੋਰਾਂ ਨੇ ਮਹਿੰਗੀ ਸ਼ਰਾਬ ਉਡਾਈ ਹੈ, ਜਿਸ ਵਿੱਚ ਬਲੈਕ ਐਂਡ ਵਾਈਟ ਸਿਗਨੇਚਰ, 100 ਪਾਈਪਰ ਅਤੇ ਇਸ ਤੋਂ ਇਲਾਵਾ ਕਰੀਬ 8 ਲੱਖ ਰੁਪਏ ਦੀ ਨਕਦੀ ਵੀ ਚੋਰ ਲੈ ਗਏ। ਇੱਥੇ ਦੱਸਣਾ ਵੀ ਜ਼ਰੂਰੀ ਹੈ ਕਿ ਕੁਝ ਸਮਾਂ ਪਹਿਲਾਂ ਵੀ ਇਸ ਰੋਡ ਉੱਤੇ MRF ਟਾਇਰ ਦਾ ਸ਼ੋਰੂਮ ਹੈ ਜਿੱਥੇ ਚੋਰਾਂ ਨੇ ਆਪਣਾ ਹੱਥ ਸਾਫ਼ ਕੀਤਾ ਸੀ। ਉਸ ਵਕਤ ਚੋਰਾਂ ਦੀ CCTV ਫੁਟੇਜ ਵੀ ਸਾਹਮਣੇ ਆਈ ਸੀ, ਪਰ ਚੋਰ ਕਾਬੂ ਨਹੀਂ ਆਏ। ਹੁਣ ਨਵੀਂ ਚੋਰੀ ਦੀ ਘਟਨਾ ਸਾਹਮਣੇ ਆਈ ਹੈ, ਜਿਸ ਨਾਲ ਤਰਨ ਤਾਰਨ ਪੁਲਿਸ ਦੀ ਸੁਸਤੀ ਅਤੇ ਚੋਰਾਂ ਦੀ ਚੁਸਤੀ ਸਾਹਮਣੇ ਆ ਗਈ ਹੈ। ਬਾਕੀ ਸਾਡਾ ਗੱਲੇ ਦੇ ਵਿੱਚ ਕੈਸ਼ ਸੀ, ਉਹ ਵੀ ਲੁੱਟ ਕੇ ਲੈ ਗਏ ਨੇ ਜੀ। ਅਤੇ ਕਿੰਨੀ ਕੁ ਚੋਰੀ ਅੰਦਾਜ਼ੇ ਨਾਲ? ਚੋਰੀ 4 ਲੱਖ ਤੋਂ ਥੋੜ੍ਹੀ ਕੁ ਜ਼ਿਆਦਾ ਹੀ ਬਣਦੀ ਹੈ ਜੀ। ਚੋਰੀ ਹੋਈ ਕਿਸ ਤਰ੍ਹਾਂ? ਚੋਰੀ ਬਾਹਰੋਂ ਸ਼ਟਰ ਜਿਹੜੇ ਆ ਉਹ ਜੱਕ ਲਾ ਕੇ ਤੋੜ ਕੇ ਅੰਦਰ ਵੜੇ ਆ ਜੀ। ਅਤੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਚੋਰੀ ਬਾਰੇ? ਮੈਂ ਘਰ ਸੌ ਰਿਹਾ ਸੀ ਰਾਤ 2 ਵਜੇ, ਅਤੇ ਸਾਡੇ ਮਾਲਕਾਂ ਜੀ ਦਾ ਫੋਨ ਆਇਆ। ਉਹ ਕਹਿੰਦੇ ਵੀ ਮੈਨੂੰ ਇੱਦਾਂ ਦਾ ਪੁਲਿਸ ਵਾਲਿਆਂ ਦਾ ਫੋਨ ਆਇਆ ਜੀ ਵੀ ਤੁਹਾਡਾ ਠੇਕਾ ਜਿਹੜਾ ਲੁੱਟਿਆ ਗਿਆ। ਫਿਰ ਮੈਂ ਜਦੋਂ ਆਣ ਕੇ ਦੇਖਿਆ ਪੁਲਿਸ ਵਾਲੇ ਬਾਹਰ ਖੜ੍ਹੇ ਸੀ, ਅਤੇ ਵਾਕਿਆ ਹੀ ਜਦੋਂ ਵੇਖਿਆ ਆਣ ਕੇ ਸਾਡਾ ਬਹੁਤ ਨੁਕਸਾਨ ਹੋਇਆ। ਨਾਕਾ ਕੋਈ ਨਹੀਂ ਹੈਗਾ ਜੀ, ਨਾਕਾ ਤਾਂ ਜ਼ਰੂਰ ਹੋਣਾ ਚਾਹੀਦਾ ਜੀ, ਅਤੇ ਕੋਈ ਵੀ ਦੁਰਘਟਨਾ ਵਾਪਰ ਸਕਦੀ ਹੈ। ਚੋਰੀ ਦੀਆਂ ਘਟਨਾਵਾਂ ਤਾਂ ਬਹੁਤ ਵਾਪਰੀਆਂ ਜੀ, ਇੰਨੇ ਵੀ ਲੁੱਟ ਕੇ ਲੈ ਜਾਂਦੇ ਧੀਆਂ ਭੈਣਾਂ ਦੀ, ਅਤੇ ਪਰਸ ਖੋ ਕੇ ਲੈ ਜਾਂਦੀ ਹੈ। ਇਹ ਗੌਰਮੈਂਟ ਚਾਹੀਦਾ ਕਿ ਇਹਨਾਂ 'ਤੇ ਕਾਬੂ ਪਾਉਣਾ। ਸ਼ਿਕਾਇਤ ਅੱਜ ਦਿੱਤੀ ਹੈ ਜੀ ਪੁਲਿਸ ਵਾਲਿਆਂ ਨੂੰ, ਉਹ ਕਹਿੰਦੇ ਜੀ ਇਹ ਬੰਦ ਦੀ ਕਾਰਵਾਈ ਅਸੀਂ ਜਲਦੀ ਕਰਾਂਗੇ। ਅਸੀਂ PCR ਦਸਤੇ ਦੇ ਨਾਲ ਮੈਂ ਗਸ਼ਤ ਕਰ ਰਿਹਾ ਸੀ ਰਾਤ, ਅਤੇ ਕਰੀਬ 1:30 ਵਜੇ ਅਸੀਂ ਵੇਖਿਆ ਵੀ ਠੇਕੇ ਦਾ ਜਿਹੜਾ ਸ਼ਟਰ ਆ ਉਹ ਥੋੜ੍ਹਾ ਜਿਹਾ ਕੋਟਕ ਦੇ ਕਰੀਬ ਤਾਂ ਨੂੰ ਚੁੱਕਿਆ ਹੋਇਆ, ਅਤੇ ਸਰੀਏ ਦੇ ਨਾਲ ਉਹਦੇ ਜਿਹੜੇ ਉਹਨੂੰ ਸ਼ਟਰ ਨੂੰ ਜਿਹੜਾ ਉਹ ਆਪਣਾ ਕਿਸੇ ਨੇ ਕੁੱਟਣ ਦੀ ਕੋਸ਼ਿਸ਼ ਕੀਤੀ ਹੈ। ਅਤੇ ਅਸੀਂ ਫਿਰ ਠੇਕੇਦਾਰ ਦੇ ਜਿਹੜੇ ਮਾਲਕ ਆ ਸਕੇਤ ਟ੍ਰੇਡਿੰਗ ਐਂਡ ਕੰਪਨੀ ਦੇ, ਉਹਨਾਂ ਨੂੰ ਅਸੀਂ ਮੈਂ ਉਹਨਾਂ ਦਾ ਫੋਨ ਨੰਬਰ ਲੈ ਕੇ ਉਹਨਾਂ ਨੂੰ ਫੋਨ ਕੀਤਾ ਵੀ ਤੁਹਾਡੇ ਇੱਦਾਂ ਠੇਕੇ ਦੇ ਜਿਹੜੀ ਹੈ ਕਿਸੇ ਨੇ ਅਟੈਂਪਟ ਕਰਨ ਦੀ ਕੋਸ਼ਿਸ਼ ਕੀਤੀ ਹੈ, ਜੋ ਕਰੀਬ 1.5 ਘੰਟੇ ਬਾਅਦ ਠੇਕਿਆਂ ਦੇ ਠੇਕੇਦਾਰਾਂ ਦਾ ਕਰਿੰਦਾ ਕ੍ਰਿਸ਼ਨ ਸ਼ਰਮਾ ਆ ਉਹ ਨਾਲ ਆਇਆ ਆਪਣੇ ਹੋਰ 3-4 ਮੁਲਾਜ਼ਮ ਲੈ ਕੇ, ਅਤੇ ਉਹਨਾਂ ਨੇ ਫਿਰ ਆਪ ਕਰਕੇ ਅਤੇ ਸ਼ਟਰ ਤਾਂ ਚੁੱਕ ਕੇ ਚੈੱਕ ਚੁੱਕ ਕੀਤਾ ਆ, ਜਿਨ੍ਹਾਂ ਨੇ ਦੱਸਿਆ ਵੀ ਗੱਲੇ ਦੇ ਵਿੱਚ ਥੋੜ੍ਹਾ ਜਿਹਾ ਸਾਡਾ ਕੈਸ਼ ਸੀ, ਅਤੇ ਸ਼ਰਾਬ ਬਾਰੇ ਉਹਨਾਂ ਨੇ ਦੱਸਿਆ ਵੀ ਅਸੀਂ ਜਿਹੜਾ ਸੁਬਾਹ ਤੁਹਾਨੂੰ ਸਟਾਕ ਚੈੱਕ ਕਰਕੇ ਜਿਹੜਾ ਉਹ ਸਲਾਹ ਦਿੱਤਾ। ਜਾਗਤੀ ਲੈਣ ਲਈ ਤਰਨ ਤਾਰਨ ਤੋਂ ਵਿਜੇ ਕੁਮਾਰ ਦੀ ਰਿਪੋਰਟ।